ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ, ਅਤੇ ਸਵਾਗਤ ਕਰਦਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਜੀ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਵਿੱਚ ਨਦੀ ਅਤੇ ਨਦੀ 'ਤੇ ਬਣੀਆਂ ਜਿਹੜੀਆਂ ਪਰਿਯੋਜਨਾਵਾਂ ਨੇ, ਯਾਨੀ ਕਿ ਵਾਟਰ ਦੇ ਨਾਲ ਸੰਬੰਧਿਤ ਨੇਗੇ, ਪਾਣੀ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਜਾਂ ਹੋਰ ਬਹੁਤ ਸਾਰੇ ਜਿਹੜੇ ਕੰਮ ਲਏ ਜਾਂਦੇ ਹੈਗੇ ਨੇਗੇ ਪਾਣੀ ਨੂੰ ਰੋਕ ਕੇ, ਉਹ ਸਾਰੇ ਪਰਿਯੋਜਨਾਵਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਆਸ ਕਰਦਾ ਬਹੁਤ ਹੀ ਜਾਣਕਾਰੀ ਭਰਪੂਰ ਹੋਵੇਗੀ ਤੁਹਾਡੇ ਲਈ, ਤੁਹਾਨੂੰ ਕੁਛ ਨਾ ਕੁਛ ਜ਼ਰੂਰ ਇਹਦੇ ਵਿੱਚ ਤੁਹਾਨੂੰ ਮਿਲੇਗਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕੋਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੇ। ਸੋ ਸ਼ੁਰੂ ਕਰਦੇ ਅੱਜ ਦਾ ਸੈਸ਼ਨ। ਭਾਰਤ ਦੇ ਵਿੱਚ ਨਦੀ 'ਤੇ ਜਿਹੜੀਆਂ ਬਣੀਆਂ ਯੋਜਨਾਵਾਂ ਨੇ, ਯੋਜਨਾਵਾਂ ਬਣਾਈਆਂ ਹੋਈਆਂ ਨੇ, ਡੈਮ ਬਣਾਏ ਹੋਏ ਨੇ ਜਾਂ ਕੋਈ ਹੋਰ ਜਿਹੜੀਆਂ ਯੋਜਨਾਵਾਂ ਨੇ ਸੰਬੰਧਿਤ, ਜਿਨ੍ਹਾਂ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਜਾਂ ਇੰਡਸਟਰੀ ਨਾਲ ਬਣਾਇਆ ਜਾਂਦਾ ਸੰਬੰਧ, ਉਹ ਸਾਰਾ ਕੁਛ ਇਸ ਯੋਜਨਾਵਾਂ ਦੇ ਵਿੱਚ ਆ ਜਾਂਦਾ, ਪੂਰੇ ਭਾਰਤ ਦੁਨੀਆਂ ਦੇ ਵਿੱਚ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਪਰਿਯੋਜਨਾ ਹੁੰਦੀ ਹੈ ਕਿ ਕਿਸੇ ਕੰਮ ਨੂੰ ਕਰਨ ਦੇ ਲਈ ਪਹਿਲਾਂ ਜਿਹੜੀ ਇੱਕ ਯੋਜਨਾ ਬਣਾਈ ਜਾਂਦੀ ਹੈ ਕਿ ਇਸ ਯੋਜਨਾ ਨੂੰ ਬਣਾ ਕੇ ਅਸੀਂ ਇਸ ਚੀਜ਼ ਨੂੰ ਜਿਹੜਾ ਕੰਪਲੀਟ ਕਰ ਲਵਾਂਗੇ। ਸੋ ਪਹਿਲੀ ਪਰਿਯੋਜਨਾ ਹੈ ਅਡੋਕੀ ਪਰਿਯੋਜਨਾ। ਸੋ ਜਿਹੜੀ ਇਹ ਯੋਜਨਾ ਬਣਾਈ ਗਈ ਹੈਗੀ ਹੈ, ਪਰਿਯੋਜਨਾ ਸੋਰੀ ਅਡੋਕੀ ਨਾਮ ਹੈ ਇਸਦਾ, ਔਰ ਇਹ ਪਰੇਅਰ ਨਦੀ ਦੇ ਉੱਪਰ ਬਣਾਈ ਹੋਈ ਹੈਗੀ ਹੈ। ਇਸ ਪਰਿਯੋਜਨਾ ਨੂੰ ਕੇਰਲਾ ਰਾਜ ਦੇ ਵਿੱਚ ਪਰਿਯਾਰ ਨਦੀ ਦੇ ਉੱਤੇ ਬਣਾਇਆ ਹੋਇਆ। ਨੈਕਸਟ ਹੈ ਜਪਕਵਾੜੀ ਪਰਿਯੋਜਨਾ। ਇਹ ਪਰਿਯੋਜਨਾ ਜਿਹੜੀ ਮਹਾਰਾਸ਼ਟਰ ਦੇ ਵਿੱਚ ਬਣਾਈ ਹੋਈ ਹੈ ਔਰ ਗੋਦਾਵਰੀ ਨਦੀ ਦੇ ਉੱਪਰ ਬਣਾਈ ਹੋਈ ਹੈ ਇਸ ਪਰਿਯੋਜਨਾ। ਨੈਕਸਟ ਹੈ ਮੱਚਕੁੰਡ ਪਰਿਯੋਜਨਾ। ਇਹ ਪਰਿਯੋਜਨਾ ਜਿਹੜੀ ਆਂਧਰਾ ਪ੍ਰਦੇਸ਼ ਦੇ ਵਿੱਚ ਬਣੀ ਹੋਈ ਹੈ ਔਰ ਮੱਚਕੁੰਡ ਨਦੀ ਦੇ ਉੱਪਰ, ਰਿਵਰ ਦੇ ਉੱਪਰ ਇਹ ਬਣੀ ਹੋਈ ਹੈਗੀ ਹੈ। ਨੈਕਸਟ ਪਰਿਯੋਜਨਾ ਹੈ ਦੁਲਹਸਤੀ ਪਰਿਯੋਜਨਾ। ਇਹ ਯੋਜਨਾ ਚਨਾਬ ਨਦੀ ਦੇ ਉੱਤੇ ਹੈ ਔਰ ਜੰਮੂ ਕਸ਼ਮੀਰ ਦੇ ਵਿੱਚ ਇਹ ਮਿਲਦੀ ਹੈ। ਨੈਕਸਟ ਹੈ ਜੀ ਚੁਖਾ ਪਰਿਯੋਜਨਾ ਔਰ ਰਿਵਰ ਜਿਹੜੀ ਹੈ ਬਗਾਚੂ ਰਿਵਰ ਔਰ ਪਰਤ ਰਾਜ ਦੇ ਵਿੱਚ ਇਹ ਪਾਈ ਜਾਂਦੀ ਹੈਗੀ ਹੈ। ਨੈਕਸਟ ਹੈ ਪਰਿਯੋਜਨਾ ਪਚੇਤ ਪਰਿਯੋਜਨਾ, ਜਿਹੜੀ ਕਿ ਦਮੋਦਰ ਨਦੀ ਦੇ ਉੱਪਰ ਹੈ ਔਰ ਪੱਛਮੀ ਬੰਗਾਲ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਮੈਟੂਰ ਪਰਿਯੋਜਨਾ, ਇਹ ਕਾਵਰੀ ਨਦੀ ਦੇ ਉੱਤੇ ਆ ਜਾਂਦੀ ਹੈ ਔਰ ਤਾਮਿਲਨਾਡੂ ਰਾਜ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਸਰਵਣ ਰੇਖਾ ਪਰਿਯੋਜਨਾ ਜਿਹੜੀ, ਇਹ ਸਰਵਣ ਰੇਖਾ ਨਦੀ ਦੇ ਉੱਪਰ ਦੇਖਣ ਨੂੰ ਮਿਲਦੀ ਹੈ ਔਰ ਝਾਰਖੰਡ ਰਾਜ ਦੇ ਵਿੱਚ ਇਹ ਸਟੈਬਲਿਸ਼ ਕੀਤੀ ਹੋਈ ਹੈਗੀ ਹੈ। ਨੈਕਸਟ ਹੈ ਜੀ ਪਰਿਯੋਜਨਾ ਬਾਣ ਸਾਗਰ ਪਰਿਯੋਜਨਾ, ਸੋਨ ਨਦੀ ਦੇ ਉੱਤੇ ਬਣੀ ਹੋਈ ਹੈ ਔਰ ਉੱਤਰ ਪ੍ਰਦੇਸ਼ ਰਾਜ ਦੇ ਵਿੱਚ ਸਟੈਬਲਿਸ਼ ਕੀਤੀ ਹੋਈ ਹੈਗੀ। ਨੈਕਸਟ ਹੈ ਸਾਬਰਗਿਰੀ ਪਰਿਯੋਜਨਾ, ਜਿਹੜੀ ਕਿ ਪੰਬਾ ਕੱਕੋ ਨਦੀ ਦੇ ਉੱਪਰ ਬਣੀ ਹੋਈ ਹੈ ਔਰ ਰਾਜ ਹੈ ਜਿਹੜਾ ਉਹ ਕੇਰਲ ਹੈ। ਨੈਕਸਟ ਹੈ ਜੀ ਮਯੂਰਾਸ਼ੀ ਪਰਿਯੋਜਨਾ, ਮਯੂਰਾਸ਼ੀ ਨਦੀ ਜਿਹੜੀ ਉੱਪਰੇ ਬਣੀ ਹੋਈ ਹੈ ਔਰ ਰਾਜ ਹੈ ਜਿਹੜਾ ਇਸਦੇ ਵਿੱਚ ਉਹ ਪੱਛਮੀ ਬੰਗਾਲ ਦੇ ਵਿੱਚ ਇਹ ਰਿਵਰ ਆ ਜਾਂਦੀ ਹੈਗੀ ਹੈ। ਕਾਕਰਾਪਾਰਾ ਪਰਿਯੋਜਨਾ ਜਿਹੜੀ ਇਹ ਤਾਪਤੀ ਨਦੀ ਉੱਪਰ ਹੈ ਔਰ ਗੁਜਰਾਤ ਰਾਜ ਦੇ ਵਿੱਚ ਇਹ ਪਰਿਯੋਜਨਾ ਸਟੈਬਲਿਸ਼ ਕੀਤੀ ਹੋਈ ਹੈ। ਹਿਡਕਲ ਪਰਿਯੋਜਨਾ ਘਾਟਪ੍ਰਭਾ ਨਦੀ ਦੇ ਉੱਪਰ ਬਣੀ ਹੋਈ ਹੈ ਔਰ ਕਰਨਾਟਕ ਰਾਜ ਦੇ ਵਿੱਚ ਇਹ ਸਥਿਤ ਹੈਗੀ ਹੈ।
ਸ਼ਮਾਸ਼ਾ ਪਰਿਯੋਜਨਾ ਜਿਹੜੀ ਉਹ ਸ਼ਮਾਸ਼ਾ ਨਦੀ ਦੇ ਉੱਪਰ ਹੈਗੀ ਆ ਔਰ ਕਰਨਾਟਕ ਰਾਜ ਦੇ ਵਿੱਚ ਹੀ ਆ ਜਾਂਦੀ ਹੈ ਵੀ। ਇਚਾਰੀ ਪਰਿਯੋਜਨਾ ਜਿਹੜੀ ਟੋਸ ਨਦੀ ਦੇ ਉੱਪਰ ਹੈ ਔਰ ਰਾਜ ਜਿਹੜਾ ਉੱਤਰਾਖੰਡ ਆ ਜਾਂਦਾ ਹੈਗਾ ਗਾ ਟੋਸ ਨਦੀ ਦੇ ਉੱਪਰ। ਨੈਕਸਟ ਹੈ ਕਿਆਸੂ ਪਰਿਯੋਜਨਾ ਜਿਹੜੀ ਕਿ ਟੋਸ ਨਦੀ ਦੇ ਉੱਪਰ ਹੀ ਹੈ ਵੀ ਔਰ ਉੱਤਰਾਖੰਡ ਦੇ ਵਿੱਚ ਹੀ ਇਹ ਪਰਿਯੋਜਨਾ ਦੇਖਣ ਨੂੰ ਮਿਲਦੀ ਹੈ। ਲੋਕਟਕ ਪਰਿਯੋਜਨਾ ਲੋਕਟਕ ਨਦੀ ਉੱਪਰ ਹੈ, ਰਾਜ ਜਿਹੜਾ ਹੈ ਉਹ ਮਨੀਪੁਰ ਹੈ। ਬਾਲੀਮੇਲਾ ਪਰਿਯੋਜਨਾ ਜਿਹੜੀ ਸਲੇਰੂ ਨਦੀ ਦੇ ਉੱਪਰ ਹੈ ਔਰ ਰਾਜ ਜਿਹੜਾ ਉਹ ਉੜੀਸਾ ਪਾਇਆ ਜਾਂਦਾ ਹੈਗਾ ਗਾ ਇੱਥੇ। ਨਜਾਮ ਪਰਿਯੋਜਨਾ ਤੁੰਗਭਦਰਾ ਨਦੀ 'ਤੇ ਹੈ ਔਰ ਰਾਜ ਜਿਹੜਾ ਹੈ ਆਂਧਰਾ ਪ੍ਰਦੇਸ਼ ਹੈ। ਨਜਾਮ ਪਰਿਯੋਜਨਾ ਜਿਹੜੀ ਉਹ ਤੁੰਗਭਦਰਾ ਨਦੀ 'ਤੇ ਹੈ ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਪਰਿਯੋਜਨਾ ਦੇਖਣ ਨੂੰ ਮਿਲਦੀ ਹੈ। ਮਨੇਰੀ ਭਾਲੀ ਪਰਿਯੋਜਨਾ ਜਿਹੜੀ ਉਹ ਗੰਗਾ ਨਦੀ ਉੱਤੇ ਬਣੀ ਹੈ ਔਰ ਉੱਤਰਾਖੰਡ ਰਾਜ ਦੇ ਵਿੱਚ ਇਹ ਇਸਟੈਬਲਿਸ਼ ਕੀਤੀ ਹੋਈ ਹੈ। ਸੋ ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦੇ ਲਈ। ਆਸ ਕਰਦਾ ਪਰਿਯੋਜਨਾਵਾਂ ਤੁਹਾਡੇ ਲਈ ਹੈਲਪਫੁਲ ਰਹਿਣਗੀਆਂ, ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਸੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ, ਨਾਲ ਹੀ ਸ਼ੇਅਰ ਵੀ ਕਰ ਦਿਓ। ਥੈਂਕ ਯੂ ਵੈਰੀ ਮੱਚ।